ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਜੀ। ਅੱਜ ਫਿਰ ਦੁਬਾਰਾ ਨਵੀਂ ਵੀਡੀਓ 'ਚ ਨਵੀਆਂ ਕਾਰਨਾਂ ਭੰਡਾਰੀ ਕਾਗਜ਼ਾਂ ਦੇ ਨਵੇਂ ਬਲੌਗ 'ਚ ਮੇਰੇ ਸਾਰੇ ਵੀਰਾਂ ਦਾ ਬਹੁਤ ਸਵਾਗਤ ਹੈ ਜੀ। ਔਰ ਧੰਨਵਾਦ ਕਰਦੇ ਹਾਂ, ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰਾ ਮੇਰੇ ਵੀਰਾਂ ਨੇ ਪਿਆਰ ਦਿੱਤਾ ਔਰ ਬਹੁਤ ਸਾਰੇ ਵੀਰ ਦੂਰੋਂ ਦੂਰੋਂ ਆਣ ਕੇ, ਪੰਜਾਬ 'ਚੋਂ ਨਹੀਂ ਬਾਹਰੋਂ ਵੀ ਆਣ ਕੇ ਮੇਰੇ ਵੀਰ ਕਾਰਾਂ ਲੈ ਕੇ ਗਏ, ਨਵੀਆਂ ਵੀ ਅਤੇ ਪੁਰਾਣੀਆਂ ਵੀ। ਉਹਨਾਂ ਦਾ ਵੀ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ। ਔਰ ਗੱਲ ਕਰੀਏ, ਸਾਡੇ ਵੀਰ ਕਹਿੰਦੇ ਸੀ ਇਸ ਟਾਈਮ ਵੀਡੀਓ ਬਹੁਤ ਲੇਟ ਗਈ, ਤਕਰੀਬਨ ਵੀਡੀਓ ਇੰਸਟਾਗ੍ਰਾਮ 'ਤੇ ਸਾਡੀ ਡੇਲੀ ਆ ਰਹੀ ਹੈ ਜੀ, ਤੁਸੀਂ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹਾਂ, ਭੰਡਾਰੀ ਕਾਰਜਾਂ ਦੇ ਨਾਂ 'ਤੇ ਸਾਡਾ ਇੰਸਟਾਗ੍ਰਾਮ ਦਾ ਚੈਨਲ ਆ। ਔਰ ਅੱਜ ਆਪਾਂ ਤੁਹਾਨੂੰ ਸਟੋਕ ਦਿਖਾਵਾਂਗੇ ਸਿਰਫ 7 ਸੀਟਰ ਦਾ, ਸਾਡੇ ਕੋਲ ਹੋਰ ਵੀ ਕਾਫੀ ਸਟੋਕ ਹੈ, ਤੁਸੀਂ ਦੇ ਸਕਦੇ ਹੋ, ਸਟੋਕ ਕਾਫੀ ਆ। ਸਾਡੇ ਕੈਟਲੋਗ ਦੇ 2 ਨੰਬਰ ਚੱਲਦੇ ਆ, 88721-40861। ਇਸ ਨੰਬਰ 'ਤੇ ਸਿਰਫ ਤੁਸੀਂ ਹੈਲੋ ਭੇਜਣੀ ਵਟਸਐਪ 'ਤੇ, ਤੁਹਾਨੂੰ ਇੱਕ ਲਿੰਕ ਸ਼ੇਅਰ ਹੋ ਜਾਏਗਾ, ਉਹ ਲਿੰਕ ਖੋਲ੍ਹ ਕੇ ਚੈੱਕ ਕਰ ਸਕਦੇ ਸਾਡਾ ਸਟੋਕ ਸਾਰਾ, ਇਕੱਲੀ ਇਕੱਲੀ ਕਾਰ ਦੀ ਸਨੈਪ, ਘੱਟ ਤੋਂ ਘੱਟ 5 ਤੋਂ 6 ਫੋਟੋਆਂ, ਪਲੱਸ ਤੁਹਾਨੂੰ ਉਹਦਾ ਰੇਟ, ਮਾਡਲ, ਕਿਲੋਮੀਟਰ, ਇਹ ਚੀਜ਼ਾਂ ਸਾਰੀਆਂ ਹੋਣਗੀਆਂ। ਔਰ ਪਲੱਸ ਤੁਹਾਨੂੰ ਆਪਾਂ ਲੋਨ ਹਰ ਕਾਰ ਦੇ ਉੱਤੇ 70% ਤੋਂ 80% ਲੋਨ ਕਰਾ ਕੇ ਦੇਵਾਂਗੇ। ਔਰ ਸਰਕਾਰੀ ਇੰਪਲਾਈ ਕਿਤਿਓਂ ਵੀ ਆਉਣ ਪੂਰੇ ਇੰਡੀਆ ਦੇ ਵਿੱਚੋਂ, ਜਿੱਥੋਂ ਮਰਜ਼ੀ ਸਰਕਾਰੀ ਇੰਪਲਾਈ, ਜੋ ਕਿ ਜਿਸ ਤਰ੍ਹਾਂ ਕਿ ਆਰਮੀ ਪਰਸਨ ਆ, ਕੋਈ ਟੀਚਰ ਹੈ ਜਾਂ ਕੋਈ ਪੁਲਿਸ ਮਹਿਕਮੇ ਤੋਂ, ਤੁਸੀਂ ਉਹਨਾਂ ਨੂੰ ਆਪਾਂ 2 ਤੋਂ 3 ਘੰਟੇ ਦੇ ਵਿੱਚ ਕਾਰ ਲੋਨ ਕਰਕੇ ਉਹਨਾਂ ਦੇ ਨਾਂ 'ਤੇ ਆਪਾਂ ਕਾਰ ਡਿਲੀਵਰ 2 ਤੋਂ 3 ਘੰਟੇ 'ਚ ਹੀ ਕਾਰ ਡਿਲੀਵਰ ਕਰਕੇ ਆਪਣੇ ਵੀਰਾਂ ਨੂੰ ਦੇ ਸਕਦੇ ਹਾਂ। ਔਰ ਜਿਸ ਤਰ੍ਹਾਂ ਗੱਲ ਕਰੀਏ ਵੀ ਸਾਡੀ ਲੋਕੇਸ਼ਨ ਸਰ ਆਪਣਾ ਜਲੰਧਰ ਸ਼ਹਿਰ ਹੈ, ਡਿਸਟ੍ਰਿਕਟ ਜਲੰਧਰ, ਭੋਗਪੁਰ ਸ਼ਹਿਰ, ਔਰ ਜਲੰਧਰ ਤੋਂ 20 ਕਿਲੋਮੀਟਰ ਪੈ ਰਿਹਾ ਜੀ। ਜੇ ਸਾਡੇ ਵੀਰ ਕੋਈ ਪਠਾਨਕੋਟ ਤੋਂ ਆਉਂਦੇ, ਉਹਨਾਂ ਨੂੰ 70 ਕਿਲੋਮੀਟਰ ਨੈਸ਼ਨਲ ਹਾਈਵੇ 'ਤੇ ਆਉਣਾ ਪੈਣਾ। ਅਗਰ ਮੇਰੇ ਵੀਰ ਕੋਈ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਤਾਂ ਉਹਨਾਂ ਨੂੰ 85 ਕਿਲੋਮੀਟਰ ਭੋਗਪੁਰ ਸ਼ਹਿਰ ਟੋਟਲ ਆਉਣਾ ਪਏਗਾ। ਔਰ ਗੂਗਲ 'ਤੇ ਵੀ ਆਪਣੀ ਲੋਕੇਸ਼ਨ ਲਾ ਕੇ ਤੁਸੀਂ ਆਪਣੇ ਫੋਨ 'ਤੇ ਹੀ ਸਾਡੀ ਡਾਇਰੈਕਟ ਭੰਡਾਰੀ ਕਾਰਜਾਂ ਦੀ ਲੋਕੇਸ਼ਨ ਲਾ ਕੇ ਸਾਡੇ ਕੋਲ ਪਹੁੰਚ ਸਕਦੇ ਹੋ। ਔਰ 7 ਦਿਨ ਹੀ ਆਪਣਾ ਸਟੋਰ ਓਪਨ ਹੁੰਦਾ, ਕੋਈ ਛੁੱਟੀ ਨਹੀਂ, ਔਰ ਸਵੇਰੇ 7 ਤੋਂ ਸ਼ਾਮੀ 7 ਦਾ ਟਾਈਮ ਆ। ਔਰ ਅੱਜ ਆਪਾਂ ਤੁਹਾਨੂੰ ਸਿਰਫ 7 ਸੀਟਰ ਹੀ ਕਾਰ ਦਿਖਾਵਾਂਗੇ। ਸਾਡੇ ਵੀਰ ਕਹਿੰਦੇ ਸੀ ਵੀ 7 ਸੀਟਰ ਕਾਰ, ਜੋ ਕਿ ਸਕੋਰਪੀਓ ਦੀ, ਬਹੁਤ ਘੱਟ ਮਿਲਦੀ ਆ, ਆਪਾਂ ਤੁਹਾਨੂੰ ਦੇਵਾਂਗੇ ਜਿੱਦਾਂ ਦੀ ਤੁਸੀਂ ਕਾਰ ਕਹੋਗੇ। 0 ਮੀਟਰ ਦੀ ਕਾਰ ਚਾਹੀਦੀ, 0 ਮੀਟਰ ਵੀ ਦੇ ਸਕਾਂਗੇ, ਨਵੀਂ ਚਾਹੀਦੀ ਤੁਹਾਡੇ ਨਾਂ 'ਤੇ, 1 ਦਿਨ 'ਚ ਸ਼ੋਰੂਮ 'ਚੋਂ ਕਢਾ ਕੇ ਡਾਇਰੈਕਟ ਪੂਰੇ ਇੰਡੀਆ 'ਚੋਂ, ਜਿੱਥੋਂ ਮਰਜ਼ੀ ਮੇਰੇ ਵੀਰ ਆਉਣ ਤੁਹਾਡਾ ਵੀਰ ਤੁਹਾਨੂੰ ਕਢਾ ਕੇ ਦੇਗਾ 1 ਦਿਨ 'ਚ ਕਾਰ। ਔਰ ਜਿਹੜੀ ਮਰਜ਼ੀ, ਜੋ ਕਿ ਸਾਲ ਦੀ ਵੇਟਿੰਗ, ਚਾਹੇ 2 ਸਾਲ ਦੀ ਵੇਟਿੰਗ ਵਾਲੀ ਕਾਰ ਵੀ। ਔਰ ਅੱਜ ਆਪਾਂ ਸਿਰਫ 7 ਸੀਟਰ ਆਪਣੇ ਵੀਰਾਂ ਨੂੰ ਕਾਰਾਂ ਦਿਖਾਵਾਂਗੇ, ਜਿਹਦੇ ਵਿੱਚ ਸਾਡੇ ਵੀਰ ਕਹਿੰਦੇ ਸੀ ਜ਼ਿਆਦਾਤਰ ਬਲੈਕ ਕਲਰ ਦੀ ਸਕੋਰਪੀਓ ਨਹੀਂ ਮਿਲ ਰਹੀ ਸ਼ੋਰੂਮ 'ਚੋਂ, ਮਿਲ ਰਹੀ ਆ ਤੁਹਾਡੇ ਵੀਰ ਕੋਲ ਭੰਡਾਰੀ ਕਾਰ ਬਜ਼ਾਰ ਭੋਗਪੁਰ ਤੋਂ। ਆਓ ਹੁਣ ਆਪਾਂ ਅੱਜ ਦਾ ਬਲੌਗ ਕਰਦੇ ਹਾਂ ਜੀ ਸਟਾਰਟ। ਲਓ ਜੀ, ਪਹਿਲਾਂ ਆਪਾਂ ਸਟਾਰਟ ਕਰਦੇ 7 ਸੀਟਰ ਦੇ ਵਿੱਚ, ਬਲੈਕ ਕਲਰ ਦੇ ਵਿੱਚ ਮਹਿੰਦਰਾ ਦੀ N10, ਜੋ ਕਿ ਸਿਰਫ 3000 ਕਿਲੋਮੀਟਰ ਕਾਰ ਚੱਲੀ। ਔਰ PB6 ਗੁਰਦਾਸਪੁਰ ਦਾ ਨੰਬਰ, ਤੁਸੀਂ ਨੰਬਰ ਪੂਰਾ ਚੈੱਕ ਕਰ ਸਕਦੇ ਹੋ, PB6BF3471। ਕਿਸੇ ਵੀਰ ਨੇ ਰਿਕਾਰਡ ਵੀ ਚੈੱਕ ਕਰਾ ਕੇ ਸਾਡੇ ਨਾਲ ਡੀਲ ਕਰਨਾ, ਆਪਾਂ ਸਟਾਰਟਿੰਗ ਹੀ ਰਿਕਾਰਡ ਚੈੱਕ ਕਰਾ ਕੇ ਕਰਾਂਗੇ। ਬੰਪਰ ਟੂ ਬੰਪਰ ਫੁੱਲ ਕਾਰ ਓਰੀਜਨਲ ਟੌਪ ਐਂਡ ਮਾਡਲ, ਇਹਦੇ ਵਿੱਚ ਲੈਦਰ ਦੇ ਐਕਸਟਰਾ ਸੀਟ ਕਵਰ ਲੱਗੇ ਆ ਜੀ, ਔਰ ਨੀਚੇ ਲੈਦਰ ਦੀ ਹੀ ਮੈਟਿੰਗ ਹੋਈ ਆ। ਔਰ ਸਿਰਫ 3000 ਕਿਲੋਮੀਟਰ ਕਾਰ ਰਨਿੰਗ, ਲਿਖ ਕੇ ਰਿਟਰਨ 'ਚ ਗਰੰਟੀ ਦੇਵਾਂਗੇ। ਕੋਈ ਬੰਪਰ ਵੀ ਪੇਂਟ ਨਿਕਲੇ ਕਾਰ ਦਾ ਕੋਈ ਮੀਟਰ ਬੈਕ ਹੋਵੇ ਤਾਂ ਕਾਰ ਵਾਪਸ ਲਈ ਜਾਊਗੀ। ਔਰ ਬਿਲਕੁਲ ਬ੍ਰੈਂਡ ਨਿਊ ਸਟੱਪਣੀ ਅਨਯੂਜ, ਔਰ ਨਿਊ ਲੋਬੋ ਦੇ ਵਿੱਚ 2023 ਮਾਡਲ। ਔਰ ਬੰਪਰ ਟੂ ਬੰਪਰ ਸਾਰੀ ਕਾਰ ਓਰੀਜਨਲ ਹੈ, ਲਿਖ ਕੇ ਰਿਟਰਨ 'ਚ ਗਰੰਟੀ ਦੇਵਾਂਗੇ। ਔਰ ਇਹ ਕਾਰ ਤੁਹਾਨੂੰ ਆਪਾਂ ਦੇ ਦਾਂਗੇ
1,80,000 ਰੁਪਏ ਦੀ, ਇਸ ਟਾਈਮ 1,300,000 ਰੁਪਏ ਦੀ ਕਾਰ ਸ਼ੋਰੂਮ ਪ੍ਰਾਈਜ਼ ਹੈ ਜੀ, ਤੋਂ ਪਲੱਸ 40 ਤੋਂ 50,000 ਰੁਪਏ ਦਾ ਕਾਰ ਨੂੰ ਐਕਸਟਰਾ ਸਮਾਨ ਵੀ ਲੱਗਾ ਉਹ ਵੀ ਨਾਲ, ਤੁਹਾਨੂੰ ਲਗਭਗ 2,50,000 ਰੁਪਏ ਦੀ ਕਾਰ ਦੀ 3,000 ਕਿਲੋਮੀਟਰ ਚੱਲੀ ਦੀ ਸੇਵਿੰਗ ਮਿਲੇਗੀ ਜੀ। ਨਹੀਂ ਸਾਡੇ ਵੀਰ ਕਹਿੰਦੇ ਜੀ Z6 ਜਾਂ Z8 ਸਕਾਰਪੀਓ ਬਹੁਤ ਵੇਟਿੰਗ ਆ, ਤੁਹਾਡੇ ਭਰਾ ਕੋਲ ਵੇਟਿੰਗ ਕੋਈ ਨਹੀਂ ਹੈਗੀ ਜੀ। 0 ਮੀਟਰ ਦੀ ਕਾਰ ਆ, ਸਿਰਫ 100 ਕਿਲੋਮੀਟਰ ਚੱਲੀ ਸਿੱਧੀ ਸ਼ੋਰੂਮ 'ਚੋਂ ਚੱਲ ਕੇ ਭੰਡਾਰੀ ਕਾਰਜਾਂ ਦੇ ਕਾਊਂਟਰ 'ਤੇ, ਔਰ ਐਕਸਟਰਾ 70,000 ਤੋਂ 80,000 ਰੁਪਏ ਦੇ ਕਾਰ ਨੂੰ ਅਲਾਏ ਟਾਇਰ ਵੀ ਲਗਵਾ ਦਿੱਤੇ ਆ ਜੀ, ਕਿਉਂਕਿ ਸਾਡੇ ਵੀਰ ਸ਼ੌਕੀਨ ਬਹੁਤ ਆ, ਕਹਿੰਦੇ ਐਕਸਟਰਾ ਅਲਾਏ ਟਾਇਰ ਲੱਗੇ ਹੁਣ ਟਾਈਮ ਨਾਲ ਸਾਡਾ ਖਰਾਬ ਹੋਵੇ। ਔਰ ਬੰਪਰ ਟੂ ਬੰਪਰ ਸਾਰੀ ਕਾਰ ਬਿਨਾਂ ਸਕਰੈਚ ਤੋਂ ਨਵੀਂ ਨਕੋਰ ਕਾਰ ਆ, ਸਿਰਫ 124 ਕਿਲੋਮੀਟਰ ਸ਼ੋਰੂਮ 'ਚੋਂ ਚੱਲ ਕੇ Z6, ਔਰ ਸਾਰੀ ਟੋਟਲੀ ਕਾਰ ਬੰਪਰ ਟੂ ਬੰਪਰ ਸਾਰੀ, ਕੋਈ ਸਕਰੈਚ ਕੋਈ ਡੈਣ ਨਹੀਂ, ਡਾਇਰੈਕਟ ਸ਼ੋਰੂਮ 'ਚੋਂ ਨਿਕਲ ਕੇ ਭੰਡਾਰੀ ਕਾਗਜ਼ਾਂ ਦੇ ਕਾਊਂਟਰ 'ਤੇ ਹੁਣ ਮੇਰੇ ਵੀਰਾਂ ਦੇ ਘਰ ਜੋ ਕੇ ਲੈ ਕੇ ਜਾਣਗੇ, ਉਹਨਾਂ ਨੂੰ ਪਹੁੰਚੇਗੀ ਇਹ ਕਾਰ, ਤੁਹਾਨੂੰ ਸਰ ਦੇ ਦਾਂਗੇ ਸਾਰਾ ਸਮਾਨ ਲੱਗਾ ਹੋਇਆ ਕਾਰ ਦੇ ਨਾਲ। 20,10,000 ਰੁਪਏ ਦੀ ਔਨ ਰੋਡ ਪ੍ਰਾਈਜ਼, ਕੋਈ ਐਕਸਟਰਾ ਖਰਚਾ ਨਹੀਂ, ਕੋਈ ਐਕਸਟਰਾ ਕਮਿਸ਼ਨ ਨਹੀਂ। ਇਸ ਤੋਂ ਬਾਅਦ ਹੁਣ ਆਪਾਂ ਆ ਜਾਂਦੇ ਜੀ Z2 'ਚ, ਵਾਈਟ ਕਲਰ ਦੇ ਵਿੱਚ। Z2 ਨੂੰ ਵੀ 1,00,000 ਰੁਪਏ ਦੀ ਕਾਰ ਨੂੰ ਐਕਸਟਰਾ ਅਸੈਸਰੀ ਲਾਈ ਹੈ ਜੀ, ਜਿਹਦੇ ਵਿੱਚ ਤੁਹਾਨੂੰ ਮਿਲਣਗੇ ਅਲਾਈਟਰ, ਠੀਕ ਹੈ ਜੀ, ਫੋਟਰੈਸਟ, ਇੱਕ ਲੱਖ ਰੁਪਏ ਤੋਂ ਪਲੱਸ ਕਾਰ ਨੂੰ ਅਸੈਸਰੀ ਲੱਗੀ ਆ, ਔਰ ਇਹ ਵੀ 0 ਮੀਟਰ ਦੀ ਕਾਰ ਹੈ ਜੀ, ਕਾਰ ਚੱਲੀ ਸਿਰਫ 79 ਕਿਲੋਮੀਟਰ, ਓਨਲੀ 79 ਕਿਲੋਮੀਟਰ 79, ਸ਼ੋਰੂਮ 'ਚੋਂ ਚੱਲ ਕੇ ਭੰਡਾਰੀ ਕਾਬਜ਼ਾ ਦੇ ਕਾਊਂਟਰ 'ਤੇ ਪਹੁੰਚੀ। 2024 ਮਾਡਲ ਹੈ ਜੀ, ਅਤੇ ਇਹ ਕਾਰ ਨੂੰ 1,00,000 ਰੁਪਏ ਦੀ ਅਸੈਸਰੀ ਐਕਸਟਰਾ ਲੱਗੀ, ਇਹ ਆਪਣੇ ਵੀਰਾਂ ਨੂੰ ਆਪਾਂ ਕਾਰ ਦੇ ਦਾਂਗੇ 17,25,000 ਰੁਪਏ ਦੀ ਔਨ ਰੋਡ, ਇਹਦੇ ਵਿੱਚ ਵੀ ਕੋਈ ਐਕਸਟਰਾ ਕਮਿਸ਼ਨ ਨਹੀਂ, ਕੋਈ ਐਕਸਟਰਾ ਚਾਰਜਸ ਨਹੀਂ। 2024 ਮਾਡਲ ਸਿਰਫ 79 ਕਿਲੋਮੀਟਰ, ਯਾਨੀ ਕਿ 80 ਕਿਲੋਮੀਟਰ ਕਾਰ ਸਿਰਫ ਸ਼ੋਰੂਮ ਤੋਂ ਚੱਲ ਕੇ ਭੰਡਾਰੀ ਕਾਬਜ਼ਾ ਦੇ ਕਾਊਂਟਰ 'ਤੇ, ਉਸ ਤੋਂ ਬਾਅਦ ਜਾਏਗੀ ਮੇਰੇ ਵੀਰਾਂ ਦੇ ਘਰ। ਹੁਣ ਆਪਾਂ ਆ ਜਾਂਦੇ ਜੀ Z6 ਦੇ ਵਿੱਚ, ਵਾਈਟ ਕਲਰ 'ਚ, ਇਹ ਵੀ ਇਸ ਤਰ੍ਹਾਂ ਹੀ ਹੈ ਜੀ, ਇਹ ਕਾਰ ਚੱਲੀ ਹੈ ਸਿਰਫ 165 ਕਿਲੋਮੀਟਰ, ਇਹ ਵੀ ਸ਼ੋਰੂਮ 'ਚੋਂ ਚੱਲ ਕੇ ਡਾਇਰੈਕਟ ਤੁਹਾਡੇ ਵੀਰ ਦੇ ਕਾਊਂਟਰ 'ਤੇ। ਸਿੰਪਲ ਕਾਰ Z6 ਦੇ ਵਿੱਚ, ਕੋਈ ਸਮਾਨ ਨਹੀਂ, ਸਿਰਫ 70 ਮੈਟ ਵਗੈਰਾ ਲੱਗੇ ਆ, ਔਰ ਇਹ ਆਪਾਂ ਤੁਹਾਨੂੰ ਕਾਰ ਦੇ ਦਾਂਗੇ 19,70,000 ਰੁਪਏ ਦੀ ਔਨ ਰੋਡ, ਕੋਈ ਐਕਸਟਰਾ ਕਮਿਸ਼ਨ ਨਹੀਂ ਇਹਦੇ ਵਿੱਚ ਵੀ। ਇਹ ਸਕੋਰਪੀਓ N ਸਭ ਤੋਂ ਟੋਪ ਲਗਜ਼ਰੀ ਮਾਡਲ ਜੀ, ਇਹ ਹੈਗੀ 2022 ਮਾਡਲ ਹੈ ਜੀ, ਔਰ ਕਾਰ ਚੱਲੀ ਸਿਰਫ 11,000 ਕਿਲੋਮੀਟਰ, ਔਰ ਕਾਰ ਦਾ ਨੰਬਰ PV02-6866 ਨੰਬਰ ਕਾਰ ਦਾ, ਔਰ ਟੋਪ ਐਂਡ ਮਾਡਲ ਹੈ ਜੀ ਡੀਜ਼ਲ ਵਰਜਨ ਦੇ ਵਿੱਚ। ਇਸ ਟਾਈਮ ਕਾਰ ਔਨ ਰੋਡ ਪੈ ਰਹੀ ਹੈ ਲਗਭਗ 26,50,000 ਰੁਪਏ ਦੀ ਕਾਰ ਜੀ, ਆਪਾਂ ਆਪਣੇ ਵੀਰਾਂ ਨੂੰ ਕਾਰ ਦੇਵਾਂਗੇ 22,75,000 ਰੁਪਏ ਦੀ ਬੰਪਰ ਟੂ ਬੰਪਰ ਸਾਰੀ ਕਾਰ ਓਰੀਜਨਲ। ਹੁਣ ਆਪਾਂ ਸਟਾਰਟ ਕਰਾਂਗੇ ਜੀ ਸਕੋਰਪੀਓ। ਸਕੋਰਪੀਓ ਦੇ ਵਿੱਚ ਆਪਣੇ ਕੋਲ 5 ਸਕੋਰਪੀਓ ਖੜੀਆਂ ਜੀ, ਕਾਲੇ ਰੰਗ ਦੀਆਂ, ਜਿਹਦੇ ਵਿੱਚ 0 ਮੀਟਰ ਵੀ ਮਿਲਣਗੀ ਅਤੇ ਕੁਛ ਚੱਲੀਆਂ ਵੀ ਮਿਲਣਗੀਆਂ। ਹੁਣ ਆਪਾਂ ਸਟਾਰਟਿੰਗ ਕਰ ਦਿੰਦੇ ਹਾਂ ਜੀ 2022 ਮਾਡਲ, ਕਾਰ ਚੱਲੀ ਸਿਰਫ 18,000 ਕਿਲੋਮੀਟਰ, ਬਲੈਕ ਕਲਰ ਦੀ, ਪਹਿਲੇ ਇੰਜਨ ਵਾਲੀ, ਇਹ ਵੱਡੇ ਇੰਜਨ ਵਾਲੀ ਹੈ ਜੀ, 2200 cc ਇੰਜਨ ਵਾਲੀ, ਔਰ S11, ਸਾਰੀ ਬੰਪਰ ਟੂ ਬੰਪਰ ਫੁੱਲ ਓਰੀਜਨਲ, ਔਰ ਨਾਲ ਦੇ ਅਲਾਈਟਰ ਅਜੇ ਤੱਕ ਕੋਈ ਤੇਰਾ ਟਾਇਰ ਨਹੀਂ ਚੇਂਜ, ਕੋਈ ਲਾਏ ਨਹੀਂ, ਤੁਸੀਂ ਦੇਖ ਸਕਦੇ ਇਹਦੇ ਮਾਰਕਾ ਤੱਕ ਅਜੇ ਤੱਕ ਨਾਲ ਹੈ ਜੀ 2022 ਦਾ, ਔਰ ਇਹਨੂੰ ਅੰਦਰੋਂ ਕਾਫੀ ਮੇਰੇ ਵੀਰ ਜਿਨ੍ਹਾਂ ਨੇ ਕਾਰ ਕਢਾਈ ਖਰਚਾ ਕੀਤਾ, ਬਕਟ ਫਿਟਿੰਗ, ਸੀਟ ਕਵਰ ਘੱਟ ਘੱਟ 15,000 ਤੋਂ 20,000 ਰੁਪਏ ਦੇ, ਔਰ ਲੈਦਰ ਦੀ ਬਲੈਕ ਨੀਚੇ ਸਾਰੀ ਮੈਟਿੰਗ ਕਰਾਈ ਗਈ, ਮੈਟ ਵਧੀਆ ਕਾਰ ਨੂੰ ਲੱਗੇ ਹੋਏ ਜੀ।
ਔਰ S11 ਡੀਜ਼ਲ ਵਰਜ਼ਨ ਦੇ ਵਿੱਚ ਪਹਿਲੇ ਇੰਜਨ ਦੇ ਵਿੱਚ ਕਾਰ ਹੈ ਔਰ ਸਾਰੀ ਬੰਪਰ ਟੂ ਬੰਪਰ ਬਿਨਾਂ ਦਾਗ ਬਿਨਾਂ ਸਕਰੈਚ ਤੋਂ ਕਾਰ ਔਰ ਕੈਪੀਟਲ ਸੀਟਾਂ ਵਾਲੀ ਹੈ ਜੀ। ਇਹ ਆਪਾਂ 2022 ਜੋ ਕਿ ਇਸ ਜਦੋਂ ਇਹ ਨਿਕਲੀ ਸੀ ਕਾਰ ਉਸ ਟਾਈਮ ਸੀ ਇਹਦਾ 22 ਲੱਖ ਰੁਪਏ ਕੀਮਤ ਸੀ ਅਤੇ ਐਕਸਟਰਾ ਸਮਾਨ ਲਾ ਕੇ ਲਗਭਗ 22.5-23 ਲੱਖ ਰੁਪਏ ਦੀ ਕਾਰ ਹੈ ਔਨ ਰੋਡ ਪੈਂਦੀ ਸੀ ਔਰ ਬੰਪਰ ਟੂ ਬੰਪਰ ਲਿਖ ਕੇ ਗਰੰਟੀ ਹੋਏਗੀ। ਲਓ ਜੀ ਹੁਣ ਆ ਗਈ 2024 ਮਾਡਲ, 2024 ਮਾਡਲ ਸਕਾਰਪੀਓ, ਕਾਰ ਚੱਲੀ ਸਿਰਫ 214 ਕਿਲੋਮੀਟਰ ਔਰ ਇਹਨੂੰ ਵੀ ਐਕਸਟਰਾ ਲਾਈਟਰ ਸੈਸਰੀ ਨਿੱਕੀ ਮੋਟੀ ਘੱਟ ਤੋਂ ਘੱਟ 1 ਲੱਖ ਰੁਪਏ ਦੀ ਕਾਰ ਨੂੰ ਫੁੱਲ ਲੱਗੀ ਹੋਈ। ਇਹ ਆਪਾਂ ਆਪਣੇ 2024 ਮਾਡਲ ਐਸ ਔਰ ਫੋਟਰੈਸਟ ਵੀ ਲੱਗੇ ਹੋਏ, ਇਹ 'ਚ ਬੇਸ ਮਾਡਲ ਹੁੰਦਾ ਜੀ ਸਕੋਰਪੀਓ ਐਸ ਮਾਡਲ ਔਰ ਇਹਨੂੰ ਫੁੱਲ ਅਸੈਸਰੀ ਕਾਰ ਨੂੰ ਲੱਗੀ ਹੋਈ ਆ, ਜਿਸ ਤਰ੍ਹਾਂ ਕਿ ਪਲੇਅਰ 70 ਮੈਟ ਔਰ ਅਲਾਈਟਰ ਫੋਟਰੈਸਟ, ਠੀਕ ਹੈ ਜੀ। ਇਹ ਨਿੱਕੀ ਮੋਟੀ ਜੋ ਅਸੈਸਰੀ ਫੁੱਲ ਕਾਰ ਨੂੰ 1 ਲੱਖ ਰੁਪਏ ਲੱਗੀ ਆ ਔਰ ਸੀਟਾਂ ਇਹਦੀਆਂ ਹੈਗੀਆਂ ਜੀ ਸਾਈਡ ਫੇਸਿੰਗ ਅਤੇ ਕੈਪੀਟਲ ਸੀਟਾਂ ਦਾ ਫਰਕ ਵੀ ਤੁਹਾਨੂੰ ਜ਼ਰੂਰ ਆਪਾਂ ਦਿਖਾਵਾਂਗੇ। ਕਈ ਵੀਰ ਕਹਿੰਦੇ ਕੈਪੀਟਲ ਜ਼ਿਆਦੀਆਂ ਚੱਲਦੀਆਂ ਜਾਂ ਸਾਈਡ ਫੇਸਿੰਗ ਚੱਲਦੀਆਂ, ਇਹ ਜੀ ਸਾਈਡ ਫੇਸਿੰਗ ਸੀਟਾਂ ਆ। ਇਹਦੇ ਵਿੱਚ ਪਿੱਛੋਂ ਦੀ ਆਪਾਂ ਡਿੱਗੀ ਥਾਣੀ ਚੜ੍ਹ ਸਕਦੇ, ਡਿੱਗੀ ਥਾਣੀ ਹੀ ਉੱਤਰ ਸਕਦੇ। ਜਿੱਦਾਂ ਕੋਈ ਮੇਰੇ ਵੀਰ ਬਾਹਰੋਂ ਕੋਈ NRI ਹੁੰਦੇ ਆ, ਉਹਨਾਂ ਨੇ ਅਗਰ 2-4-5 ਟੈਚੀ ਵੀ ਰੱਖਣੇ ਆ, ਤੁਸੀਂ ਇਸ ਸੀਟਾਂ ਦੇ ਵਿੱਚ ਫੋਲਡ ਕਰਕੇ ਟੈਚੀ ਰੱਖ ਸਕਦੇ ਆ। ਜਿਹੜੀ ਕੈਪੀਟਲ ਸੀਟ ਦਾ ਫਰਕ ਹੁੰਦਾ ਵੀ ਕੈਪੀਟਲ ਸੀਟ ਫੋਲਡਿੰਗ ਨਹੀਂ ਹੁੰਦੀ, ਉਹਦੇ ਅੱਗਿਓਂ ਦੀ ਹੀ ਚੜ੍ਹਨਾ ਪੈਣਾ ਅਤੇ ਅੱਗਿਓਂ ਦੀ ਉਹ ਵੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ। ਇਹ ਹੈ ਜੀ ਕੈਪੀਟਲ ਸੀਟ, ਇਹਦੇ ਵਿੱਚ ਡਿੱਗੀ ਦਾ ਸਪੇਸ ਘੱਟ ਜਾਂਦਾ, ਇਹ ਫਰਕ ਹੈ ਜੀ। ਕਿਉਂਕਿ ਸਾਡੇ ਵੀਰ ਕਹਿੰਦੇ ਜ਼ਰੂਰ ਥੋੜ੍ਹਾ ਫਰਕ ਜ਼ਰੂਰ ਦੱਸਿਆ ਕਰੋ। ਇਹ ਆਪਾਂ ਆਪਣੇ ਵੀਰਾਂ ਨੂੰ 2024 ਮਾਡਲ ਸਿਰਫ 200 ਕਿਲੋਮੀਟਰ ਚੱਲੀ ਹੋਈ ਕਾਰ ਇਹ ਆਪਾਂ ਕਾਰ ਦੇ ਦਾਂਗੇ 17,25,000 ਰੁਪਏ ਦੀ ਸਕੋਰਪੀਓ ਬਲੈਕ ਕਲਰ ਦੀ ਕਲਾਸਿਕ, ਠੀਕ ਹੈ ਜੀ। ਹੁਣ ਆ ਗਈ 2022 ਮਾਡਲ ਕਲਾਸਿਕ, 25,000 ਕਿਲੋਮੀਟਰ ਚੱਲੀ ਕਾਰ ਔਰ 1 ਲੱਖ+ ਕਾਰ ਨੂੰ ਸਮਾਨ ਲੱਗਾ ਹੋਇਆ, ਜਿਸ ਤਰ੍ਹਾਂ ਕਿ ਅਲਾਈਟਰ, ਠੀਕ ਹੈ ਜੀ, ਔਰ ਲੈਦਰ ਦੇ ਇਹਨੂੰ ਵੀ ਬਕਟ ਫਿਟਿੰਗ ਸੀਟ ਘੱਟ ਘੱਟ 25,000-30,000 ਰੁਪਏ ਦੇ, 70 ਮੈਟ ਪਲੱਸ ਨੀਚੇ ਮੈਟਿੰਗ ਹੋਈ, ਠੀਕ ਹੈ ਜੀ, ਔਰ PV11 ਪਟਿਆਲੇ ਦਾ ਨੰਬਰ, S11 ਬਲੈਕ ਕਲਰ ਦੀ, ਇਹ ਵੀ ਬੰਪਰ ਟੂ ਬੰਪਰ ਫੁੱਲ ਕਾਰ ਓਰੀਜਨਲ ਹੈ ਜੀ। ਕੋਈ ਕਾਰ ਦਾ ਪੀਸ ਰੀਪ੍ਰਿੰਟ ਨਹੀਂ ਹੋਏਗਾ ਔਰ ਕੋਈ ਮੀਟਰ ਨਹੀਂ ਬੈਕ ਹੋਏਗਾ, ਫਸਟ ਓਨਰ ਕਾਰ ਹੈ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 19,10,000 ਰੁਪਏ ਦੀ 2022 ਮਾਡਲ ਕਲਾਸਿਕ ਜੀ। ਹੁਣ ਆ ਗਈ ਜੀ 0 ਮੀਟਰ ਦੀ ਕਾਰ, ਇਹ ਚੱਲੀ ਆ ਸਿਰਫ 40 ਕਿਲੋਮੀਟਰ ਕਾਰ ਚੱਲੀ ਔਰ 5 ਦਿਨ ਪੁਰਾਣੀ ਕਾਰ ਆ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 0 ਮੀਟਰ ਦੀ ਕਾਰ, ਸਿਰਫ 5 ਦਿਨ ਪੁਰਾਣੀ, S11 ਕਲਾਸਿਕ ਮਾਡਲ ਜੀ, ਨਵੀਂ ਦਾ ਮਤਲਬ ਬ੍ਰੈਂਡ ਨਿਊ ਨੂੰ। ਹੁਣ ਆਪਾਂ ਕਾਲੀਆਂ ਤੋਂ ਛੱਡ ਕੇ ਹੁਣ ਆ ਗਏ ਜੀ ਚਿੱਟਿਆਂ ਵਾਲੇ ਸਕੋਰਪੀਓ, ਆਪਣੇ ਕੋਲ ਇੱਕ ਨਹੀਂ 5-6 ਕਾਰਾਂ ਵਾਈਟ ਕਲਰ 'ਚ ਖੜੀਆਂ, ਠੀਕ ਹੈ ਜੀ। ਹੁਣ ਆਪਾਂ ਸਟਾਰਟ ਕਰਦੇ ਹਾਂ ਜੀ 2018 ਮਾਡਲ ਸਕੋਰਪੀਓ ਵਾਈਟ ਕਲਰ ਦੇ ਵਿੱਚ ਔਰ ਇਹਨੂੰ ਵੀ ਐਕਸਟਰਾ ਲਾਈਟਰ ਲੈਦਰ ਦੇ ਸੀਟ ਕਵਰ, ਠੀਕ ਹੈ ਜੀ, ਔਰ ਕਹਿੰਦਾ ਭਾਅ ਵੀ ਐਕਸਟਰਾ ਅਸੈਸਰੀ ਸਾਰੀ ਇਹਨੂੰ ਫੁੱਲ ਲੱਗੀ ਹੋਈ ਸਾਈਡ ਫੇਸਿੰਗ ਔਰ ਇਹ ਆਪਾਂ ਕਾਰ ਦੇ ਦਾਂਗੇ 13,30,000 ਰੁਪਏ ਦੀ 2018 ਮਾਡਲ ਵਾਈਟ ਕਲਰ ਦੀ, ਸਾਰੀ ਬੰਪਰ ਟੂ ਬੰਪਰ ਓਰੀਜਨਲ ਔਰ ਜੈਨੂਨ ਚੱਲੀ ਹੋਈ ਕਾਰ, ਸਿਰਫ 60,000 ਕਿਲੋਮੀਟਰ।
ਹੁਣ ਆਪਾਂ ਸਟਾਰਟ ਕਰਦੇ ਹਾਂ ਜੀ 2022 ਮਾਡਲ ਕਲਾਸਿਕ। ਇਹ ਵੀ ਕਾਰ ਬ੍ਰੈਂਡ ਨਿਊ ਔਰ 20 ਇੰਚੀ ਅਲਾਈਟਰ, ਘੱਟ ਤੋਂ ਘੱਟ 70 ਤੋਂ 75 ਹਜ਼ਾਰ ਰੁਪਏ ਦੀ ਕਾਰ ਨੂੰ ਲੱਗੀ ਹੈ ਜੀ। ਔਰ ਕਾਰ ਇਹ ਵੀ ਬਹੁਤ ਘੱਟ ਚੱਲੀ ਹੈ, ਜਿੱਦਾਂ ਸਾਡੇ ਵੀਰ ਕਹਿੰਦੇ ਵੀ ਭੰਡਾਰੀ ਕਾਰ ਬਾਜ਼ਾਰ ਤੋਂ ਹੀ ਘੱਟ ਚੱਲੀਆਂ ਕਾਰਾਂ ਮਿਲਦੀਆਂ, ਕਿਉਂਕਿ ਅਸੀਂ ਲੱਭਦੇ ਹੀ ਤੁਹਾਡੇ ਵਰਗੇ ਭਰਾਵਾਂ ਦੇ ਸੱਜਣ ਜੇ ਕੋਈ ਵੇਚਦੇ ਆ ਉਹਨਾਂ ਨੂੰ ਮਾਰਕੀਟ ਨਾਲੋਂ 10-20 ਰੁਪਏ ਕਾਰ ਆਪਾਂ ਮਹਿੰਗੀ ਚੱਕ ਕੇ ਲਿਆਉਂਦੇ, ਤਾਂ ਹੀ ਸਾਡੀ ਕਾਰ ਮਹਿੰਗੀ ਹੁੰਦੀ। ਸਾਡੇ ਬੜੇ ਲੋਕ ਵੀਰ ਸਾਡੇ ਕਮੈਂਟ ਵੀ ਕਰਦੇ ਆ ਵੀ ਕਾਰ ਮਹਿੰਗੀ ਵੇਚਦੇ ਆ ਜੀ, ਮਹਿੰਗੀ ਇਸੇ ਕਰਕੇ ਵੀਰ ਜੀ ਵੇਚਦੇ ਹਾਂ ਕਿਉਂਕਿ ਕਾਰ ਓਰੀਜਨਲ ਲਿਆਈ ਦੀ ਆ, ਘੱਟ ਚੱਲੀ ਲੱਭ ਕੇ ਲਿਆਈ ਦੀ ਆ ਔਰ ਸਮਾਨ ਲੱਗਾ ਹੋਊਗਾ ਕਾਰ ਨੂੰ ਫੁੱਲ। ਇਹ ਕਾਰ ਚੱਲੀ ਆ ਸਿਰਫ 1700 ਕਿਲੋਮੀਟਰ ਜੀ, 1700 ਕਿਲੋਮੀਟਰ ਕਾਰ ਚੱਲੀ 2022 ਮਾਡਲ ਦਸੰਬਰ ਮਹੀਨੇ ਦੀ 25 ਤਰੀਕ ਦੀ ਕਾਰ ਹੈ ਜੀ। ਔਰ ਕਾਰ ਚੱਲੀ ਸਿਰਫ 1700 ਕਿਲੋਮੀਟਰ ਔਰ ਕਾਰ ਨੂੰ ਸਮਾਨ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਫੁੱਲ ਲੱਗਾ ਹੋਇਆ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 19,60,000 ਰੁਪਏ ਦੀ, ਸਿਰਫ 1700 ਕਿਲੋਮੀਟਰ ਚੱਲੀ ਹੋਈ ਕਾਰ। ਹੁਣ ਆਪਾਂ ਇਹਦੇ ਨਾਲ ਆ ਗਏ ਜੀ 2022 ਮਾਡਲ ਸਕੋਰਪੀਓ ਵਾਈਟ ਕਲਰ ਦੇ ਵਿੱਚ। ਇਹ ਪਹਿਲੇ ਇੰਜਨ ਵਾਲੀ ਹੈ ਜੀ ਔਰ ਇਹ ਕਾਰ ਚੱਲੀ ਆ ਸਿਰਫ ਜੀ ਸਿਰਫ 21,000 ਕਿਲੋਮੀਟਰ, 21,000 ਕਿਲੋਮੀਟਰ ਕਾਰ ਚੱਲੀ। 20 ਇੰਚੀ ਅਲਾਈਟਰ ਐਕਸਟਰਾ ਲੱਗੇ ਹੋਏ ਕਾਰ ਨੂੰ ਔਰ ਅੰਦਰੋਂ ਵੀ ਕਾਰ ਦਾ ਇੰਟੀਰੀਅਰ ਬਹੁਤ ਵਧੀਆ ਕਲੀਨ ਔਰ ਲੈਦਰ ਦੇ ਬਕਟ ਫਿਟਿੰਗ ਸੀਟ ਕਵਰ ਹੈ। ਬਕਟ ਫਿਟਿੰਗ ਦਾ ਮਤਲਬ ਕੀ ਹੁੰਦਾ, ਜੇ ਕਈ ਆਪਾਂ ਸੀਟਾਂ ਉੱਦਾਂ ਹੀ ਉੱਪਰ ਪਾ ਦਿੰਦੇ ਹਾਂ ਜੀ, ਇਹ ਉੱਪਰ ਨਹੀਂ ਪਾਈਆਂ ਹੁੰਦੀਆਂ, ਇਹ ਤਕਰੀਬਨ ਫੁੱਲ ਬਕਟ ਕੀਤੀ ਹੁੰਦੀ ਆ ਵੀ ਇਹ ਸੀਟ ਹਿੱਲ ਨਹੀਂ ਸਕਦੀ। ਦੇਖੋ ਪੂਰੀ ਪਕੜ 'ਚ ਆ, ਜਿੱਦਾਂ ਮਰਜ਼ੀ ਕੋਈ ਬੰਦਾ ਬੈਠਦਾ ਇਹ ਇਕੱਠੀਆਂ ਨਹੀਂ ਹੋਣਗੀਆਂ। ਇਹਦੇ 'ਚ ਨੀਚੇ 70 ਮੈਟ ਆ ਗਏ ਜੀ, ਠੀਕ ਹੈ ਜੀ। ਔਰ ਫੋਨ ਸੁਣਨ ਵਾਸਤੇ ਐਕਸਟਰਾ ਮੇਰੇ ਵੀਰ ਨੇ ਮਾਈਕ ਵੀ ਐਕਸਟਰਾ ਲਗਵਾਇਆ ਹੋਇਆ, ਠੀਕ ਹੈ ਜੀ। ਔਰ ਇਹ ਵੀ ਕਾਰ ਬੰਪਰ ਟੂ ਬੰਪਰ ਫੁੱਲ ਕਾਰ ਓਰੀਜਨਲ ਆ ਵਾਈਟ ਕਲਰ ਦੇ ਵਿੱਚ 2022 ਮਾਡਲ। ਇਹ ਜੀ 2023 ਕਲਾਸਿਕ ਔਰ ਕਾਰ ਚੱਲੀ ਸਿਰਫ 14,000 ਕਿਲੋਮੀਟਰ ਔਰ ਇਹ ਵੀ ਬਿਲਕੁਲ ਬ੍ਰੈਂਡ ਨਿਊ, ਨੰਬਰ ਹੈਗਾ PB31X7888, ਬਹੁਤ ਵਧੀਆ ਨੰਬਰ ਲੱਗਾ ਹੋਇਆ। ਔਰ ਸਾਰੀ ਬੰਪਰ ਟੂ ਬੰਪਰ ਫੁੱਲ ਕਾਰ ਓਰੀਜਨਲ ਕੈਪੀਟਲ ਸੀਟਾਂ ਵਾਲੀ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ ਸਿਰਫ 19,60,000 ਰੁਪਏ ਦੀ, ਕਾਰ ਚੱਲੀ ਹੈ ਸਿਰਫ ਜੀ ਸਿਰਫ 14,000 ਕਿਲੋਮੀਟਰ। ਹੁਣ ਆ ਗਈ ਜੀ ਬਲੈਕ ਕਲਰ ਦੀ 0 ਮੀਟਰ ਦੀ ਕਾਰ, ਇਹਨੂੰ ਵੀ ਐਕਸਟਰਾ 20 ਇੰਚੀ ਲਾਈਟਰ, 70 ਮੈਟ, ਬਿਲਕੁਲ ਬ੍ਰੈਂਡ ਨਿਊ ਕਾਰ 0 ਮੀਟਰ ਦੀ ਹੈ ਜੀ। ਇਹ ਵੀ ਸ਼ੋਰੂਮ 'ਚੋਂ ਲੁਧਿਆਣੇ ਸ਼ੋਰੂਮ 'ਚੋਂ ਨਿਕਲ ਕੇ ਇੱਥੇ ਤੱਕ ਪਹੁੰਚੀ, 2024 ਮਾਡਲ, ਠੀਕ ਹੈ ਜੀ। ਕਾਰ ਚੱਲੀ ਹੈ ਸਿਰਫ 110 ਕਿਲੋਮੀਟਰ ਯਾਨੀ ਔਰ 0 ਮੀਟਰ ਦੀ ਕਾਰ ਹੈ, ਬਿਨਾਂ ਸਕਰੈਚ ਤੋਂ ਕਾਰ, ਸਿਰਫ 5-6 ਦਿਨ ਪੁਰਾਣੀ ਕਾਰ ਹੈ ਜੀ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦਿੰਦਾਂਗੇ 20,70,000 ਰੁਪਏ ਦੀ ਕਾਰ, ਬ੍ਰੈਂਡ ਨਿਊ 0 ਮੀਟਰ ਦੀ ਕਾਰ ਜੀ। ਔਰ PB5 ਫਿਰੋਜ਼ਪੁਰ ਦਾ ਨੰਬਰ ਹੈ AS2699-2689। ਲੈ ਕੇ ਆ ਗਏ 7 ਸੀਟਰ ਦੇ ਵਿੱਚ XUV500 ਬਲੈਕ ਕਲਰ, ਕਿਉਂਕਿ ਬਲੈਕ ਕਲਰ ਦੀ ਡਿਮਾਂਡ ਕਰ ਰਹੇ ਸੀ। ਕਾਰ ਚੱਲੀ ਸਿਰਫ 17,000 ਔਰ 2021 ਮਾਡਲ, ਟੋਪ ਐਂਡ ਮਾਡਲ ਹੈ ਜੀ ਔਰ ਬੰਪਰ ਟੂ ਬੰਪਰ ਸਾਰੀ ਕਾਰ ਓਰੀਜਨਲ ਔਰ ਬ੍ਰੈਂਡ ਨਿਊ, ਬਿਨਾਂ ਸਕਰੈਚ ਬਿਨਾਂ ਡੈਂਟ ਤੋਂ ਕਾਰ। ਇਹ 6 ਏਅਰਬੈਗ ਵਾਲਾ ਮਾਡਲ ਸਭ ਤੋਂ ਟੋਪ, ਨਾਲ ਦੇ 5 ਟਾਇਰ, ਸਟੱਪਣੀ ਅਨਯੂਜ ਔਰ ਨੰਬਰ PB57 ਸਾਡੇ ਲੋਕਲ ਪਲੱਸ ਦਾ ਡਿਸਟ੍ਰਿਕਟ ਕਪੂਰਥਲਾ ਜੀ, WU11 ਔਰ ਬਿਲਕੁਲ ਬੇਦਾਗ ਕਾਰ, ਨਵੀਂ ਦਾ ਮਤਲਬ ਨਵੀਂ ਹੈ ਜੀ।
ਔਰ ਇੱਦਾਂ ਦੀ ਸਾਫ਼ ਸੁਥਰੀ ਕਾਰ ਬਹੁਤ ਹੀ ਘੱਟ ਚੱਲੀ ਲੱਭਦੀ ਆ। ਤੁਸੀਂ ਇੰਟੀਰੀਅਰ ਵਾਈਜ਼ ਵੀ ਦੇਖ ਸਕਦੇ ਹੋ, ਬਿਲਕੁਲ ਅਜੇ ਨਵਾਂ ਹੀ ਇੰਟੀਰੀਅਰ ਪਿਆ। ਔਰ ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 16,10,000 ਰੁਪਏ ਦੀ, 2021 ਮਾਡਲ, ਸਿਰਫ 17,000 ਕਿਲੋਮੀਟਰ ਕਾਰ ਰਨਿੰਗ, ਇੱਕੋ ਹੀ ਸਰਵਿਸ 'ਚ ਕਾਰ ਦੀ, ਦੂਜੀ 20,000 ਕਿਲੋਮੀਟਰ 'ਤੇ ਹੋਏਗੀ। ਹੁਣ ਆਪਾਂ ਹੋਰ ਥੋੜ੍ਹਾ ਜਿਹਾ ਬਜਟ ਘੱਟ 'ਤੇ ਆ ਜਾਂਦੇ ਹਾਂ ਜੀ। 7-ਸੀਟਰ 'ਚ ਸਿਲਵਰ ਰੰਗ ਦੀ ਔਰ ਆਟੋਮੈਟਿਕ ਬਹੁਤ ਘੱਟ ਲੱਭਦੀ ਹੈ ਜੀ, ਇਹ ਆਟੋਮੈਟਿਕ ਹੈ, 2018 ਮਾਡਲ, ਸਿਰਫ 65,000 ਕਿਲੋਮੀਟਰ ਕਾਰ ਚੱਲੀ ਔਰ ਸਾਰੀ ਕਾਰ ਓਰੀਜਨਲ, ਸਿਰਫ ਬੰਪਰਾਂ ਦੇ ਕੋਰਨਰ ਮਾੜੇ ਮੋਟੇ, ਵਿੱਚੋਂ ਨਹੀਂ ਟੱਚਿੰਗ ਹੋਏਗਾ, ਸਿਰਫ ਕੋਰਨਰ ਤੋਂ ਕੋਈ ਮਾੜਾ ਮੋਟਾ ਬੰਪਰ ਦਾ ਕੋਰਨਰ ਜ਼ਰੂਰ ਟੱਚਿੰਗ ਕਰਵਾਇਆ ਗਿਆ ਹੋਏਗਾ। ਔਰ ਇਹਦੇ ਟਾਇਰ ਬਿਲਕੁਲ ਨਵੇਂ ਲੱਗ ਗਏ ਆ ਜੀ ਦੁਬਾਰਾ, ਔਰ ਇੰਟੀਰੀਅਰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਲੀਨ ਸਾਫ਼ ਸੁਥਰਾ ਆਟੋਮੈਟਿਕ ਦੇ ਵਿੱਚ। ਔਰ ਬ੍ਰਿਜਸਟੋਨ ਦੇ ਦੁਆਰਾ ਇਹਨੂੰ ਟਾਇਰ ਨਵੇਂ ਲੱਗ ਗਿਆ ਜੀ। ਔਰ ਸਾਰੀ ਕਾਰ ਤੁਸੀਂ ਦੇਖ ਸਕਦੇ ਹੋ, ਕੋਈ ਸਕ੍ਰੈਚ ਕੋਈ ਡੈਂਟ ਨਹੀਂ, ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ 'ਚ ਹੈ। ਇਹ ਆਪਾਂ ਆਪਣੇ ਕਾਰ ਵੀਰਾਂ ਨੂੰ ਦੇ ਦਾਂਗੇ ਕਾਰ 11,20,000 ਰੁਪਏ ਦੀ ਆਟੋਮੈਟਿਕ, ਕਿਉਂਕਿ ਆਟੋਮੈਟਿਕ ਦੇ ਸਾਡੇ ਵੀਰ ਬਹੁਤ ਘੱਟ ਲੱਭਦੀ ਹੈ, 100 ਜਿਹੜੀ 500 ਆ ਆਪਣੇ ਕੋਲ ਖੜ੍ਹੀ ਆ। ਔਰ ਸਾਰੀ ਕਾਰ ਓਰੀਜਨਲ ਦੀ ਗਰੰਟੀ ਹੋਏਗੀ, ਕੋਈ ਪੀਸ ਪੇਂਟ ਨਹੀਂ ਹੋਏਗਾ ਕਾਰ ਦਾ, ਸਿਰਫ ਬੰਪਰਾਂ ਦਾ ਕੋਰਨਰ ਮਾੜਾ ਮੋਟਾ ਜ਼ਰੂਰ ਟੱਚਿੰਗ ਹੋਏਗਾ। ਹੁਣ ਉਸ ਤੋਂ ਬਾਅਦ ਆ ਗਈ ਜੀ 2015 ਮਾਡਲ, ਕਾਰ ਚੱਲੀ ਸਿਰਫ 35,000 ਕਿਲੋਮੀਟਰ, ਵਾਈਟ ਕਲਰ ਦੀ ਔਰ ਬੰਪਰ ਟੂ ਬੰਪਰ ਇਹ ਵੀ ਕਾਰ ਓਰੀਜਨਲ, ਔਰ ਬ੍ਰਿਜਸਟੋਨ ਦੇ ਇਹਨੂੰ ਟਾਇਰ ਅਜੇ ਨਾਲ ਦੇ ਆ ਜੀ, ਕੋਈ ਟਾਇਰ ਨਹੀਂ ਚੇਂਜ, ਬਹੁਤ ਵਧੀਆ ਕੰਡੀਸ਼ਨ 'ਚ। ਔਰ ਇੰਟੀਰੀਅਰ ਵਾਈਜ਼ ਵੀ ਤੁਸੀਂ ਦੇਖਦੇ ਹੋ, ਪੁਸ਼ ਬਟਨ ਸਟਾਰਟ, 6 ਏਅਰ ਬੈਗ ਵਾਲਾ ਮਾਡਲ, ਇਲੈਕਟ੍ਰੋਨਿਕ ਜਿਸ ਤਰ੍ਹਾਂ ਆਉਂਦੀਆਂ ਟੋਪ ਮਾਡਲ 'ਚ, ਪੁਸ਼ ਬਟਨ ਸਟਾਰਟ ਆ ਜਾਣਾ ਜੀ, 6 ਏਅਰ ਬੈਗ ਆ ਜਾਣਾ, ਪਲੱਸ ਸਨਰੂਫ ਆ ਜਾਣਾ ਇਹਦੇ ਵਿੱਚ। ਔਰ ਇਹ ਵੀ ਕਾਰ ਸਾਰੀ ਬੰਪਰ ਟੂ ਬੰਪਰ ਓਰੀਜਨਲ ਹੈ ਜੀ, 2010 ਔਰ ਨੰਬਰ ਬਹੁਤ ਵਧੀਆ, PV5 6006, ਔਰ ਬਿਲਕੁਲ ਨਵੀਂ ਕਾਰ ਆ, ਕੋਈ 1 ਰੁਪਏ ਦਾ ਵੀ ਕਾਰ ਘਰ ਜਾ ਕੇ ਤੁਹਾਨੂੰ ਕੋਈ ਕਾਰ ਉੱਤੇ ਖਰਚਾ ਨਹੀਂ ਕਰਨਾ ਪਏਗਾ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 10,50,000 ਰੁਪਏ ਦੀ 2015, ਔਰ ਨਵੀਂ ਰਿਕੋਰ ਕਾਰ, ਸਿਰਫ 35,000 ਕਿਲੋਮੀਟਰ ਕਾਰ ਰਹਿਣੀ। ਲਓ ਜੀ ਹੁਣ ਆਪਾਂ ਇਹ ਤੋਂ ਬਾਅਦ ਆ ਗਏ ਜੀ 2021 ਨਵੀਂ ਸ਼ੇਪ ਦੇ ਵਿੱਚ, ਇਹ ਆ ਗਈ ਜੀ 11W, 40,000 ਕਿਲੋਮੀਟਰ ਕਾਰ ਚੱਲੀ, ਅਜੇ ਤੱਕ ਨਾਲ ਦੇ ਟਾਇਰ ਹੈ ਬ੍ਰਿਜਸਟੋਨ ਦੇ, ਕੋਈ ਟਾਇਰ ਨਹੀਂ ਚੇਂਜ ਕੀਤਾ। ਇਹਦੇ ਵਿੱਚ ਤੁਹਾਨੂੰ ਮਿਲੇਗਾ ਪੁਸ਼ ਬਟਨ ਸਟਾਰਟ ਔਰ ਬੀਚ ਇੰਟੀਰੀਅਰ ਵਾਲੀਆਂ ਸੀਟਾਂ ਅਤੇ ਪਲੱਸ ਸਨਰੂਫ, 6 ਏਅਰ ਬੈਗ, ਠੀਕ ਹੈ ਜੀ। ਸਾਰੀ ਟੋਟਲੀ ਕਾਰ ਓਰੀਜਨਲ, ਐਕਸਟਰਾ ਪਿੱਛੇ ਗਾਰਡ ਵੀ ਲੱਗਾ ਹੋਇਆ, 11W, PV8 ਲੋਕਲ ਜਲੰਧਰ ਦਾ ਸਾਡਾ ਨੰਬਰ ਜੀ। ਔਰ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ, ਇਹਦੀ ਲਾਈਟਾਂ ਨਿਊ ਸ਼ੇਪ ਹੈ, ਇਹ ਪੁਰਾਣੀ ਸ਼ੇਪ ਹੈ ਜੀ, ਇਹ ਨਵੀਂ ਪੁਰਾਣੀ ਦਾ ਲੁੱਕ ਦਾ ਫਰਕ ਹੈਗਾ। ਔਰ ਅੰਦਰੋਂ ਵੀ ਲੈਦਰ ਇੰਟੀਰੀਅਰ ਇਹਦਾ ਸਾਰਾ ਡੈਸ਼ਬੋਰਡ ਦਾ, ਔਰ ਬਿਲਕੁਲ ਤੋਹਫਾ ਕਾਰ। ਇਹ ਆਪਾਂ ਆਪਣੇ ਵੀਰਾਂ ਨੂੰ ਕਾਰ ਦੇ ਦਾਂਗੇ 15,80,000 ਰੁਪਏ ਦੀ, 7-ਸੀਟਰ 2021 ਮਾਡਲ, 11W, ਨਵੀਂ ਦਾ ਮਤਲਬ ਸ਼ੋਰੂਮ ਨਵੀਂ। ਜਿਸ ਤਰ੍ਹਾਂ ਕਿ ਆਪਣੇ ਕੋਲ ਹੋਰ ਵੀ ਸਟੋਕ ਬਹੁਤ ਆ, ਜੇ ਸਾਡੇ ਵੀਰਾਂ ਨੇ ਕੋਈ ਸਟੋਕ ਜਾਂ ਪੂਰੀ ਕਾਰ ਦਾ ਵੇਰਵਾ ਇਹਨਾਂ ਕਾਰਾਂ ਦਾ ਵੀ ਕੋਈ ਚੈੱਕ ਕਰਨਾ ਹੋਵੇ, 88,721,40,861 ਵਟਸਐਪ 'ਤੇ ਸਿਰਫ ਹੈਲੋ ਭੇਜੋ, ਤੁਹਾਨੂੰ ਲਿੰਕ ਮਿਲ ਜਾਏਗਾ। ਅਗਰ ਇਸ ਨੰਬਰ 'ਤੇ ਕੋਈ ਤੁਸੀਂ ਗੱਲ ਵੀ ਕਰਨੀ ਚਾਹੁੰਦੇ ਹੋ, ਸਾਡੀਆਂ ਲੜਕੀਆਂ ਕਾਲ ਕਰ ਚੱਕਣਗੀਆਂ, ਤੁਸੀਂ ਉਹਨਾਂ ਨਾਲ ਗੱਲ ਕਰਕੇ ਪੂਰੀ ਕਾਰ ਦਾ ਵੇਰਵਾ ਲੈ ਸਕਦੇ ਹੋ। ਦੂਸਰਾ ਨੰਬਰ ਹੈਗਾ 98,780,40,861।
ਔਰ ਅੱਜ ਦੀ ਵੀਡੀਓ ਦੇਖਣ ਵਾਸਤੇ ਧੰਨਵਾਦ ਔਰ